ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਦੇਸ਼ ਭਰ ਵਿੱਚ ਚੋਣ ਜਾਬਤਾ ਵੀ ਲਾਗੂ ਕੀਤੀਆਂ ਗਈਆਂ, ਪਰ ਇਸ ਚੋਣ ਜਾਬਤਾ ਦੀ ਉਲੰਘਣਾ ਕਰਦੇ ਹੋਏ ਗੁਰਾਇਆਂ ਦੇ ਪਿੰਡ ਦੰਦੂਵਾਲ ਦੇ ਧਾਰਮਿਕ ਸਥਾਨ ਤੇ ਬੈਠ ਕੇ ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਸਰਕਾਰ ਦੀ ਨੀਲੇ ਕਾਰਡ ਸਕੀਮ, ਜਿਸ ਦੇ ਸਸਤੇ ਭਾਅ ਵਾਲੀ ਕਣਕ ਦਿੱਤੀ ਜਾਂਦੀ ਹੈ, ਉਸ ਦੇ ਰੀਵੈਰੀਫਿਕੇਸ਼ਨ ਫਾਰਮ ਭਰੇ ਜਾ ਰਹੇ ਸਨ। ਜਿਸ ਦੀ ਸ਼ਿਕਾਇਤ ਮਿਲਣ ਤੋਂ ਬਾਅਦ BDPO ਦਫ਼ਤਰ ਰੁੜਕਾ ਕਲਾਂ ਦੇ ਅਧਿਕਾਰੀ ਮੌਕੇ ਤੇ ਪਹੁੰਚੇ, ਜਿਨ੍ਹਾਂ ਭਰੇ ਹੋਏ ਫਾਰਮਾਂ ਨੂੰ ਆਪਣੇ ਕਬਜ਼ੇ 'ਚ ਲੈ ਲਿਆ। ਕਾਰਡ ਬਣਾਉਣ ਲੱਗੇ ਆ। ਕਾਹਦੇ ਕਾਰਡ ਜੀ? ਇਹ ਕਾਰਡ ਜੀ ਦੇਖੋ ਜੀ, ਕਹਿੰਦੇ ਵੀ ਬਣਾਉਣੇ ਆਹ ਆਧਾਰ, ਦੂਜੇ ਕਾਰਡ ਰਾਸ਼ਨ ਕਾਰਡ। ਅੱਛਾ ਜੀ। ਹਾਂਜੀ, ਉਹ ਬਣਾਉਣੇ ਆ। ਠੀਕ ਹੈ, ਕੋਈ ਟੈਨਸ਼ਨ ਨਹੀਂ, ਵੀ ਨਗਰ ਦਾ ਵੀ ਫਾਇਦਾ ਹੋਵੇ, ਸਾਰੇ ਹਰ ਇੱਕ ਦੁਨੀਆ ਦਾ ਫਾਇਦਾ ਹੋਵੇ। ਜਿਹੜਾ ਬੰਦਾ ਇਹ ਸੋਚਦਾ ਗਲਤ, ਉਹ ਮਾੜਾ ਬੰਦਾ। ਠੀਕ, ਗਲਤ ਨਾ ਸੋਚੋ ਕੁਛ ਵੀ, ਸੱਚ ਬੋਲੋ। ਕੀ ਪਿੰਡ ਦਾ ਨਾਂ ਕੀ ਹੈ ਜੀ? ਦੰਦੂਵਾਲ। ਹਾਲਾਂਕਿ ਪਿੰਡ ਵਾਸੀਆਂ ਨੇ ਵੀ ਮੰਨਿਆ ਕਿ ਉਹਨਾਂ ਦੇ ਨੀਲੇ ਕਾਰਡ ਵਾਲੇ ਫਾਰਮ ਲੈ ਜਾ ਰਹੇ ਹਨ, ਪਰ ਜਦ ਇਸ ਸੰਬੰਧੀ BDPO ਰੁੜਕਾ ਕਲਾਂ ਰਣਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਜਦ ਉਹਨਾਂ ਦੇ ਕਰਮਚਾਰੀ ਉੱਥੇ ਪਹੁੰਚੇ ਤਾਂ ਉੱਥੇ ਕੁਰਸੀਆਂ ਖਾਲੀ ਪਈਆਂ ਸਨ ਅਤੇ ਜੋ ਨੈਸ਼ਨਲ ਫੂਡ ਸਿਕਿਉਰਿਟੀ ਦੇ 27 ਦੇ ਕਰੀਬ ਭਰੇ ਹੋਏ ਫਾਰਮ ਟੇਬਲ ਤੇ ਪਏ ਸਨ, ਉਹਨਾਂ ਨੂੰ ਜ਼ਬਤ ਕਰ ਲਿਆ ਗਿਆ ਅਤੇ ਇਸ ਦੀ ਰਿਪੋਰਟ ਬਣਾ ਕੇ ਉੱਚ ਅਧਿਕਾਰੀਆਂ ਨੂੰ ਭੇਜੀ ਜਾ ਰਹੀ ਹੈ। ਮੈਨੂੰ ਇੱਕ ਜ਼ਬਾਨੀ ਤੌਰ 'ਤੇ ਸ਼ਿਕਾਇਤ ਮਿਲੀ ਸੀ ਕਿ ਮੇਰੇ ਬਲਾਕ ਦੇ ਪਿੰਡ ਦੰਦੂਵਾਲ ਵਿਖੇ ਕੋਈ ਸਮਾਗਮ ਜਿਹੜਾ ਕੋਈ ਚੱਲ ਰਿਹਾ, ਜਿਹਦੇ ਵਿੱਚ ਕਿਸੇ ਨੂੰ ਲਾਭ ਦੇਣ ਬਾਰੇ ਕੋਈ ਕਾਰਵਾਈ ਚੱਲ ਰਹੀ ਹੈ, ਅਤੇ ਮੌਕੇ 'ਤੇ ਮੇਰੇ ਦਫ਼ਤਰ ਦੀ ਟੀਮ ਅਤੇ ਅਫੀਸਰ ਸਾਹਿਬਾਨ ਗਏ ਆ। ਉਹਨਾਂ ਨੇ ਮੌਕੇ 'ਤੇ ਦੇਖਿਆ ਕਿ ਕੁਝ ਕੁਰਸੀਆਂ ਅਤੇ ਟੇਬਲ ਪਏ ਸੀ ਅਤੇ ਕੁਰਸੀਆਂ ਜਿਹੜੀਆਂ ਉਹ ਖਾਲੀ ਸੀ, ਅਤੇ ਨੈਸ਼ਨਲ ਫੂਡ ਸਿਕਿਉਰਿਟੀ ਨਾਲ ਐਕਟ ਨਾਲ ਸੰਬੰਧਿਤ ਜਿਹੜੇ 27 ਫਾਰਮ ਉਹ ਟੇਬਲ 'ਤੇ ਭਰੇ ਪਏ ਸੀਗੇ, ਉਹ ਅਸੀਂ ਚੱਕ ਲਏ ਨੇ, ਜ਼ਬਤ ਕਰ ਲਏ ਆ ਅਤੇ ਇਹਦੀ ਰਿਪੋਰਟ ਬਣਾ ਕੇ ਅਤੇ ਉਹ ਫਾਰਮ ਜਿਹੜੇ ਉੱਚ ਅਧਿਕਾਰੀਆਂ ਨੂੰ ਬਣਦੀ ਜੋ ਕਾਰਵਾਈ ਲਈ ਜਿਹੜੇ ਉਹ ਭੇਜੇ ਜਾ ਰਹੇ ਨੇ ਜੀ। ਇਸ ਸਾਰੇ ਮਾਮਲੇ ਸੰਬੰਧੀ ਜਦ ਪਿੰਡ ਦੇ ਸਰਪੰਚ ਨਾਲ ਫੋਨ ਤੇ ਰਾਬਤਾ ਕਾਇਮ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਉਹ ਕੰਮ ਦੇ ਸਿਲਸਿਲੇ ਵਿੱਚ ਬਾਹਰ ਹਨ ਅਤੇ ਪਿੰਡ ਵਿੱਚ ਜੋ ਫਾਰਮ ਭਰੇ ਜਾ ਰਹੇ ਹਨ ਉਸ ਬਾਰੇ ਉਹਨਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਹੈ। ਗੁਰਾਇਆਂ ਤੋਂ ਮੁਨੀਸ਼ ਕੋਸ਼ਲ ਦੀ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ YouTube ਚੈਨਲ ਲਾਈਕ ਤੇ ਸਬਸਕ੍ਰਾਈਬ ਕਰੋ ਸਾਂਝ TV, ਅਤੇ ਨਾਲ ਹੀ ਦਬਾਓ ਘੰਟੀ ਦਾ ਬਟਨ।